ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ, ਕੋਟ ਜਨਮ ਕੇ ਕਿਲ ਬਿਖ ਨਾਸਹਿ, ਹਰ ਚਰਣੀ ਚਿਤ ਲਾਏ। ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਕਬੀਰ ਸੰਤ ਮੂਏ ਕਿਆ ਰੁਈਆ, ਜੋ ਆਪਣੇ ਗ੍ਰਹਿ ਜਾਈ। ਰੋਵਹੁ ਸਾਕਤ ਬਾਪ ਰੇ, ਜੋ ਹਾਟ ਹਾਟ ਬਿਕਾਏ। ਰੋਵਹੁ ਸਾਕਤ ਬਾਪ ਰੇ, ਜੋ ਹਾਟ ਹਾਟ ਬਿਕਾਈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਹੋਈ ਬੈਠੀ ਗੁਰੂ ਪਿਆਰੇ ਸਤਸੰਗੀ ਜਨੋ, ਆਪ ਵਡਭਾਗੀ ਹੋ ਜੋ ਕਿ ਪੰਥ ਰਤਨ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ, ਸੱਚਖੰਡ ਵਾਸੀ ਬਾਬਾ ਫੌਜਾ ਸਿੰਘ ਜੀ, ਸੱਚਖੰਡ ਵਾਸੀ ਬਾਬਾ ਲੱਖਾ ਸਿੰਘ ਜੀ, ਜਿਨ੍ਹਾਂ ਦੀ ਸਲਾਨਾ ਮਿੱਠੀ ਯਾਦ ਨੂੰ ਮਨਾਉਂਦੀ ਹੋਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੇ ਹੋ। ਕਾਰ ਸੇਵਾ ਦੀ ਮੌਜੂਦਾ ਮੁਖੀ ਸੰਤ ਬਾਬਾ ਬਚਨ ਸਿੰਘ ਜੀ, ਤਿੰਨਾਂ ਦੀ ਸਮੁੱਚੀ ਕਾਰ ਸੇਵਾ ਦੇ ਜਥੇਦਾਰ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਆਪਾਂ ਮਹਾਂਪੁਰਸ਼ਾਂ ਦੀ ਮਿੱਠੀ ਯਾਦ ਨੂੰ ਮਨਾ ਰਹੇ ਹਾਂ। ਦਿਨ ਦੇ ਦੀਵਾਨ ਤੋਂ ਬਾਅਦ ਰਾਤਰੀ ਦੇ ਦੀਵਾਨ ਦੀ ਪ੍ਰਾਰੰਭਤਾ ਹੋਈ ਹੈ, ਜਿਸ ਵਿੱਚ ਦਾਸ ਨੂੰ ਕੁਝ ਕੁ ਸਮਾਂ ਪ੍ਰਾਪਤ ਹੋਇਆ ਹੈ। ਜਿਤਨਿਕ ਪਰਮੇਸ਼ਰ ਨੇ ਸਮਤ ਬਖਸ਼ੀ ਹੈ ਉਸ ਦੇ ਅਨੁਸਾਰ ਆਪ ਜੀ ਦੇ ਸਮਕਸ਼ ਕੁਛ ਗੁਰਮਤ ਦੀ ਵਿਚਾਰ ਨੂੰ ਰੱਖ ਸਕਾਂ। ਆਓ ਸਭ ਤੋਂ ਪਹਿਲਾਂ ਆਪਣੀ ਅਤੇ ਦਾਸਰੇ ਦੀ ਹਾਜ਼ਰੀ ਨੂੰ ਸਾਹਿਬਾਂ ਦੇ ਪਾਵਨ ਦਰਬਾਰ ਦੇ ਅੰਦਰ ਲਗਵਾਉਂਦੇ ਹੋਏ ਫਤਿਹ ਦੀ ਸਾਂਝ ਨੂੰ ਬਣਾਓ। ਦੇਹੋ ਅਸੀਸ ਤੇ ਗੱਜ ਕੇ ਕਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਮਹਾਂਪੁਰਖ ਸੰਤ ਜਨ ਜਿਹੜੇ ਨੇ, ਮੈਂ ਜਿਤਨਾ ਕੁ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ, ਇਸੇ ਵਿੱਚ ਇਹੀ ਵਿਚਾਰ ਰੱਖਣੀ ਹੈ ਜੋ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੋਝੀ ਦਿੰਦੇ ਨੇ ਕਿ ਸੰਤਾਂ ਦੀ ਸੰਗਤ ਜਿਹੜੀ ਹੈ ਕਿਸ ਤਰ੍ਹਾਂ ਜੀਵਨ ਦਾ ਪਾਰ ਉਤਾਰਾ ਕਰ ਦਿੰਦੀ ਹੈ। ਸਾਡੇ ਜੀਵਨ ਦੇ ਵਿੱਚ ਸਤਸੰਗਤ ਦਾ ਕੀ ਮਹੱਤਵ ਹੈ, ਮਹਾਂਪੁਰਸ਼ਾਂ ਦੀ ਸੰਗਤ ਦਾ ਕੀ ਮਹੱਤਵ ਹੈ। ਦੇਖੋ, ਜੀਵਨ ਦੇ ਵਿੱਚ ਮਨੁੱਖ ਨੇ ਜਿੰਨੇ ਵੀ ਮਾੜੇ ਕਰਮ ਕੀਤੇ ਹੋਣ, ਬੇਸ਼ੱਕ ਸਾਡਾ ਜੀਵਨ ਕੁਕਰਮਾਂ ਦੇ ਨਾਲ ਭਰਿਆ ਹੋਵੇ, ਪਰ ਜਦੋਂ ਕਿਸੇ ਪਰਮਾਤਮਾ ਦੇ ਨਾਮ ਰਸੀਏ ਸੰਤ ਦੀ ਸੰਗਤ ਹੋ ਜਾਏ ਤੇ ਉਸ ਸੰਤ ਦੀ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸਾਡੇ ਜੀਵਨ ਦੇ ਵਿੱਚ ਇਉਂ ਬਦਲਾਵ ਆ ਜਾਂਦਾ ਹੈ ਜੈਸਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸਦੇ ਨੇ, ਜੋ ਚੰਦਨ ਨਿਕਟ ਬਸੇ ਹਿਰੜ ਬੱਪੜਾ, ਤਿਉਂ ਸਤ ਸੰਗਤ ਮਿਲ ਪਤਤ ਪ੍ਰਵਾਣ। ਆਪ ਭਲੀ ਭਾਂਤ ਜਾਣਦੇ ਹੋ, ਜੰਗਲ ਦੇ ਵਿੱਚ ਚੰਦਨ ਦਾ ਬਿਰਖਸ਼ ਹੈ ਜਿਹੜਾ ਸ਼ੀਤਲਤਾ ਦਾ ਪ੍ਰਤੀਕ ਹੈ, ਉਹਦੇ ਵਿੱਚ ਸੁਗੰਧੀ ਹੈ, ਉਹਦੇ ਵਿੱਚ ਠੰਡਕ ਹੈ। ਪਰ ਇੱਕ ਜੰਗਲ ਦੇ ਵਿੱਚ ਹਿਰੰਡ ਦਾ ਪਿੰਡ ਹੈ ਜਿਹਦੇ ਵਿੱਚ ਕੁੜੱਤਣ ਭਰੀ ਹੈ। ਪਰ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਕਿ ਉਸ ਚੰਦਨ ਦੇ ਬਰਖਸ਼ ਦੀ ਸੰਗਤ ਜੇਕਰ ਹਿਰੰਡ ਦਾ ਬਰਖਸ਼ ਕਰ ਲਏ
ਹਾਲਾਂਕਿ ਹਰਿੰਡ ਦੇ ਬਰਖਸ਼ ਦੇ ਵਿੱਚ ਕੜੱਤਣ ਹੈ, ਉਹਦੇ ਵਿੱਚ ਕੋਈ ਸੁਗੰਧੀ ਨਹੀਂ ਹੈ, ਪਰ ਜੇਕਰ ਚੰਦਨ ਦੇ ਬਰਖਸ਼ ਦੇ ਕੋਲ ਹਰਿੰਡ ਦਾ ਪੇੜ ਪੈਦਾ ਹੋ ਜਾਏ, ਉਹਦੀ ਸੰਗਤ ਵਿੱਚ ਆ ਜਾਏ ਤੇ ਉਸ ਹਰਿੰਡ ਦੇ ਪੇੜ ਦੇ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆਉਣ ਲੱਗ ਪੈਂਦੀ ਹੈ, ਉਹਦੀ ਕੁੜੱਤਣ ਵੀ ਖਤਮ ਹੋ ਜਾਂਦੀ ਹੈ। ਇਹ ਹਜ਼ੂਰ ਨੇ ਬਾਣੀ ਵਿੱਚ ਉਦਾਹਰਣ ਲਈ ਹੈ, ਕਹਿੰਦਾ ਜਿਸ ਤਰ੍ਹਾਂ ਚੰਦਨ ਦੇ ਬਰਖਸ਼ ਦੀ ਸੰਗਤ ਕਰਕੇ ਹਿਰੰਡ ਦੇ ਬਰਖ ਦੀ ਕੜੱਤਣ ਖਤਮ ਹੋ ਗਈ, ਇਸੇ ਤਰ੍ਹਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਜੀਵਨ ਦੇ ਵਿੱਚ ਬੇਸ਼ੱਕ ਸਾਡੇ ਕਿੰਨੇ ਵੀ ਮਾੜੇ ਕਰਮ ਰਹੇ ਹੋਣ, ਜੀਵਨ ਦੇ ਵਿੱਚ ਕਿੰਨੀਆਂ ਵੀ ਬੁਰਿਆਈਆਂ ਕੀਤੀਆਂ ਹੋਈਆਂ ਨੇ, ਪਰ ਜੇ ਕਿਸੇ ਪੂਰਨ ਸੰਤ ਦੀ ਸੰਗਤ ਹੋ ਜਾਏ ਤੇ ਜੀਵਨ ਦਾ ਪਾਰ ਉਤਾਰਾ ਹੋ ਜਾਂਦਾ ਹੈ। ਅਸੀਂ ਨਿੱਤ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਪਾਤਸ਼ਾਹ ਜੀ ਤਿੰਨਾਂ ਪਿਆਰਿਆਂ ਦਾ ਮੇਲ ਕਰਾਉਣਾ, ਜਿਨ੍ਹਾਂ ਦੇ ਮਿਲਿਆ ਆਪ ਜੀ ਕਾ ਨਾਮ ਚੇਤਾ ਆਵੇ। ਉਹ ਕਿਹੜੇ ਪਿਆਰੇ ਨੇ? ਉਹ ਇਹੀ ਮਹਾਂਪੁਰਸ਼ ਨੇ, ਇਹੀ ਰੱਬ ਦੇ ਪਿਆਰੇ ਨੇ, ਜਿਨ੍ਹਾਂ ਵਾਸਤੇ ਮੇਰੇ ਬਾਬੇ ਨੇ ਬਾਣੀ ਵਿੱਚ ਕਹਿ ਦਿੱਤਾ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਨੈ ਮਿੱਤਰ ਅਸਾਡੜੇ ਸਹੀ। ਸੰਸਾਰ ਤੇ ਬਹੁਤ ਤਰ੍ਹਾਂ ਦੇ ਅਸੀਂ ਮਿੱਤਰ ਬਣਾਉਂਦੇ ਹਾਂ, ਕੁਛ ਆਪਣੇ ਸਵਾਰਥ ਵਾਸਤੇ ਅਸੀਂ ਮਿੱਤਰ ਬਣਾਉਂਦੇ ਹਾਂ, ਕੁਛ ਸਾਡੇ ਨਿੱਜੀ ਰਿਸ਼ਤੇ ਨੇ, ਮਿੱਤਰਤਾ ਹੈ ਸਾਡੀ। ਪਰ ਪਾਤਸ਼ਾਹ ਕਹਿੰਦੇ ਨੇ ਸੱਚੇ ਮਿੱਤਰ ਉਹ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ, ਜਿਨ੍ਹਾਂ ਦੀ ਸੰਗਤ ਕਰਦਿਆਂ ਨਾਲ ਸਾਡੀ ਭੈੜੀ ਮਤ ਦਾ ਤਿਆਗ ਹੋ ਜਾਏ ਤੇ ਅਸੀਂ ਅਧਿਆਤਮਕ ਦੇ ਰਸਤੇ ਤੇ ਪਰਮਾਤਮਾ ਦਾ ਨਾਮ ਜਪਣ ਲੱਗ ਪਈਏ। ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਨੈ ਭੈੜੀ ਮਤ ਦਾ ਵਿਨਾਸ਼ ਹੋ ਜਾਏ। ਅਸਲ ਸੱਜਣ ਸਾਡੇ ਉਹੀ ਨੇ, ਮਿੱਤਰ ਅਸਾਡੜੇ ਸਹੀ। ਬਾਬੇ ਨੇ ਬਾਣੀ ਵਿੱਚ ਕਹਿ ਦਿੱਤਾ, ਨਾਨਕ ਕੱਚੜਿਆਂ ਸਿਉਂ ਤੋੜ ਢੂੰਡ ਸੱਜਣ ਸੰਤ ਪੱਕਿਆ। ਕੱਚਿਆਂ ਦੇ ਨਾਲ ਤੋੜਦਾ, ਐਸੇ ਮਿੱਤਰਾਂ ਦਾ ਸੰਗ ਨਾ ਕਰੀ ਜਿਨ੍ਹਾਂ ਦੇ ਸੰਗ ਕਰਕੇ ਤੇਰੇ ਜੀਵਨ ਦੇ ਵਿੱਚ ਬੁਰਾਈਆਂ ਆ ਜਾਣ। ਪੱਕੇ ਸੰਤਾਂ ਦਾ ਸੰਗਤ ਕਰੀ ਜਿਹੜੇ ਤੈਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣ, ਜਿਹੜੇ ਤੈਨੂੰ ਸੇਵਾ ਵਿੱਚ ਜੋੜ ਦੇਣ, ਸਿਮਰਨ ਵਿੱਚ ਜੋੜ ਦੇਣ, ਐਸੇ ਸੰਤਾਂ ਦੀ ਸੰਗਤ ਕਰੀ। ਸਤਸੰਗਤ ਦਾ ਸਾਡੇ ਜੀਵਨ ਵਿੱਚ ਬਹੁਤ ਸਾਰਾ ਮਹੱਤਵ ਹੈ। ਅਸੀਂ ਕਈ ਵਾਰ ਸੋਚਦੇ ਹਾਂ ਕਿ ਜੇਕਰ ਅਸੀਂ ਜੀਵਨ ਦੇ ਵਿੱਚ ਬਹੁਤ ਸਾਰੀਆਂ ਅਸੀਂ ਆਪਣੇ 'ਚ ਕਮੀਆਂ ਦੇਖਦੇ ਹਾਂ, ਭਾਵੇਂ ਕਿਸੇ ਨੂੰ ਨਹੀਂ ਦੱਸਦੇ, ਪਰ ਸਾਨੂੰ ਪਤਾ ਹੈ ਸਾਡੇ ਜੀਵਨ ਦੇ ਵਿੱਚ ਕਿੰਨੀਆਂ ਉਮਤਾਈਆਂ ਨੇ, ਅਸੀਂ ਕਿੰਨੇ ਗਲਤ ਹਾਂ। ਕਿਸੇ ਨੂੰ ਤੇ ਨਹੀਂ ਪਤਾ, ਪਰ ਸਾਡੇ ਅੰਦਰ ਦਾ ਸਾਨੂੰ ਤੇ ਪਤਾ ਹੈ ਸਾਡੇ ਜੀਵਨ ਵਿੱਚ ਅਸੀਂ ਕਿੰਨੇ ਮਾੜੇ ਕਰਮ ਕਰਦੇ ਹਾਂ। ਲੋਕਾਂ ਤੋਂ ਅਸੀਂ ਛੁਪਾ ਸਕਦੇ ਹਾਂ, ਪਰ ਆਪਣੇ ਅੰਦਰ ਨੂੰ ਆਪਣੇ ਆਪ ਤੋਂ ਨਹੀਂ ਛੁਪਾਉਂਦੇ, ਨਾ ਅਸੀਂ ਗੁਰੂ ਤੋਂ ਛੁਪਾ ਸਕਦੇ ਹਾਂ। ਆਪਣੇ ਅੰਦਰ ਦਾ ਹਰ ਇਨਸਾਨ ਨੂੰ ਪਤਾ ਹੈ। ਤੇ ਕਈ ਵਾਰ ਅਸੀਂ ਕਹਿੰਦੇ ਹਾਂ ਮਨਾ ਤੇਰੇ ਜੀਵਨ ਦੇ ਵਿੱਚ ਤੇ ਬਹੁਤ ਸਾਰੇ ਵਿਕਾਰ ਨੇ, ਜੇਕਰ ਤੂੰ ਸਤਸੰਗਤ ਵਿੱਚ ਚਲਿਆ ਵੀ ਜਾਏ ਕਿ ਤੇਰਾ ਜੀਵਨ ਸਾਫ਼ ਹੋ ਸਕਦਾ ਹੈ, ਤੂੰ ਵਾਹਿਗੁਰੂ ਦੇ ਨਾਮ ਦੇ ਰਸਤੇ ਤੇ ਚੱਲ ਸਕਦਾ ਹੈ। ਪਰ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਭਗਤ ਕਬੀਰ ਜੀ ਨੇ ਮਨੁੱਖ ਨੂੰ, ਹਰ ਇਨਸਾਨ ਨੂੰ ਸੁਚੇਤ ਕਰਕੇ ਕਿਹਾ ਹੈ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋਦਾਵ। ਕਬੀਰ ਸਾਹਿਬ ਜੀ ਕਹਿੰਦੇ ਹੇ ਇਨਸਾਨ, ਇਹ ਨਾ ਸੋਚੀ ਜੀਵਨ ਦੇ ਵਿੱਚ ਮਾੜੇ ਕਰਮ ਬਹੁਤ ਨੇ, ਇਹ ਨਾ ਸੋਚੀ ਜੀਵਨ ਵਿੱਚ ਬਦਫੈਲੀਆਂ ਬਹੁਤ ਨੇ ਤੇ ਸਤਸੰਗਤ ਦੇ ਵਿੱਚ ਜਾਣ ਦੇ ਨਾਲ ਲਾਭ ਕੀ ਹੋਏਗਾ, ਜਾਂ ਥੋੜ੍ਹਾ ਸਮਾਂ ਸੰਗਤ ਵਿੱਚ ਚਲੇ ਜਾਵਾਂਗਾ ਤੇ ਕੀ ਲਾਭ ਹੋਏਗਾ। ਸਤਸੰਗਤ ਦੇ ਵਿੱਚ ਅਸੀਂ ਬੈਠ ਗਏ, ਕਿਸੇ ਮਹਾਂਪੁਰਖ ਦੀ ਸੰਗਤ ਕਰ ਲਈ ਤੇ ਇੱਕ ਘੜੀ ਦੀ ਸਤਸੰਗਤ ਸਾਡੀ ਜਿਹੜੀ ਹੈ ਪੂਰੇ ਜੀਵਨ ਦੀਆਂ ਬੁਰਿਆਈਆਂ ਨੂੰ ਮਲੀਆ ਮੇਟ ਕਰਕੇ ਸਾਫ਼ ਕਰਕੇ ਜੀਵਨ ਨੂੰ ਨਿਰਮਲ ਕਰ ਦਿੰਦੀ ਹੈ। ਇਸੇ ਕਰਕੇ ਭਗਤ ਕਬੀਰ ਜੀ ਨੇ ਕਿਹਾ ਸੀ ਏਕ ਘੜੀ ਆਦੀ ਘੜੀ ਆਦੀ ਹੁਣ ਤੇ ਆਦਿ। ਹੁਣ ਸਤਸੰਗਤ ਵਾਸਤੇ ਕੋਈ ਸਾਨੂੰ ਕਹੇ ਕਿ ਭਲਿਆ ਪੁਰਸ਼ਾ ਸਤਸੰਗਤ ਕਰ, ਤੇ ਸਾਡਾ ਜਵਾਬ ਹੈ ਕਿ ਸਤਸੰਗਤ ਤੇ ਬੇਸ਼ੱਕ ਕਰ ਸਕਦੇ ਹਾਂ, ਪਰ ਜੀਵਨ ਦੇ ਵਿੱਚ ਸਾਡਾ ਪਰਿਵਾਰ ਵੀ ਹੈ, ਸਾਡਾ ਸੰਸਾਰ ਹੈ, ਸਾਡੀਆਂ ਕੁਝ ਸੰਸਾਰਿਕ ਜ਼ਿੰਮੇਦਾਰੀਆਂ ਨੇ,
ਅਸੀਂ ਉਹ ਵੀ ਤਾਂ ਨਿਭਾਣੀਆਂ ਨੇ। ਜੇਕਰ ਸਾਰਾ ਦਿਨ ਸਤਸੰਗਤ ਵਿੱਚ ਬੈਠੇ ਰਵਾਂਗੇ ਤਾਂ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਾਂਗੇ। ਪਰ ਭਗਤ ਕਬੀਰ ਜੀ ਕਹਿੰਦੇ ਨੇ, ਇਨਸਾਨ ਬੇਸ਼ੱਕ ਤੂੰ ਸਾਰਾ ਦਿਨ ਸਤਸੰਗਤ ਨਹੀਂ ਕਰ ਸਕਦਾ, ਪਰ ਜੀਵਨ ਦੇ ਵਿੱਚ ਕੁਛ ਘੜੀਆਂ ਕੱਢ ਕੇ, ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦਿ, ਇੱਕ ਘੜੀ ਤੂੰ ਸਤਸੰਗਤ ਵਿੱਚ ਜ਼ਰੂਰ ਬੈਠ, ਇੱਕ ਘੜੀ ਨਹੀਂ ਤੇ ਅੱਧੀ ਘੜੀ ਭੜਿਆ, ਅੱਧੀ ਘੜੀ ਨਹੀਂ ਤੇ ਅੱਧੀ ਤੋਂ ਅੱਧੀ ਘੜੀ ਤੂੰ ਸਤਸੰਗਤ ਤਾਂ ਕਰ, ਮਹਾਂਪੁਰਖਾਂ ਦੀ ਸੰਗਤ ਕਰ, ਸਤਸੰਗਤ ਵਿੱਚ ਬੈਠ। ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ, ਤੇਰੇ ਜੀਵਨ ਦਾ ਲਾਭ ਤੇ ਇਹੀ ਹੋਏਗਾ, ਤੂੰ ਕਿਤਨੀ ਕੁ ਸੰਗਤ ਕੀਤੀ ਹੈ। ਹੁਣ ਇਸ ਗੱਲ ਤੇ ਵਿਆਖਿਆ ਕਰਦੇ ਨੇ ਭਾਈ ਗੁਰਦਾਸ ਜੀ। ਉਹਨਾਂ ਦਾ ਇੱਕ ਕਵਿਤਾ ਆਪ ਜੀ ਦੇ ਸਮਕਸ਼ ਵਿਚਾਰ ਰੱਖ ਕੇ ਮੈਂ ਖਿਮਾ ਦੇ ਜੱਜ ਹੋ ਜਾਣਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਨਸਾਨ ਤੇਰੇ ਜੀਵਨ ਨੂੰ ਬਦਲ ਸਕਦੀ ਹੈ ਸਤਸੰਗਤ, ਜੇ ਚਿਰ ਥੋੜੇ ਤੋਂ ਥੋੜਾ ਚਿਰ ਵੀ ਤੂੰ ਸਤਸੰਗਤ ਕਰੇ ਤੇਰਾ ਜੀਵਨ ਬਦਲ ਜਾਇਆ ਜਾ ਸਕਦਾ ਹੈ। ਭਾਈ ਗੁਰਦਾਸ ਜੀ ਨੇ ਤਿੰਨ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਣ ਦਾ ਬੜਾ ਸੋਹਣਾ ਯਤਨ ਕੀਤਾ ਹੈ। ਉਹਨਾਂ ਨੇ ਪਹਿਲੀ ਉਦਾਹਰਣ ਲਈ ਹੈ ਇੱਕ ਨਾਵ ਦੀ, ਇੱਕ ਕਿਸ਼ਤੀ ਦੀ ਉਦਾਹਰਣ ਲਈ ਹੈ, ਕਿਸ ਤਰ੍ਹਾਂ ਸਾਡੇ ਜੀਵਨ ਦੇ ਵਿੱਚੋਂ ਥੋੜ੍ਹਾ ਜਿਹਾ ਸਮਾਂ ਅਸੀਂ ਸਤਸੰਗਤ ਕਰ ਲਈਏ ਤੇ ਕਿਸ ਤਰ੍ਹਾਂ ਪਾਰ ਉਤਾਰਾ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਨਸਾਨ ਇੱਕ ਨਾਵ ਵੱਲ ਦੇਖ, ਇੱਕ ਕਿਸ਼ਤੀ ਵੱਲ ਦੇਖ, ਉਹਦੇ ਆਕਾਰ ਨੂੰ ਤੱਕ। ਉਹ ਕਿਸ਼ਤੀ ਪਾਣੀ ਦੇ ਵਿੱਚ ਜਦੋਂ ਉਹਦਾ ਜਿਹੜਾ ਮਲਾਹ ਹੈ ਕਿਸ਼ਤੀ ਨੂੰ ਠਲਦਾ ਹੈ, ਪਾਣੀ ਵਿੱਚ ਰੋਕੀ ਹੋਈ ਕਿਸ਼ਤੀ ਤੇ ਜਦੋਂ ਪੂਰਾ ਲੋਡ ਪਾ ਦਿੰਦਾ ਹੈ, ਬਹੁਤ ਸਾਰੀਆਂ ਸਵਾਰੀਆਂ ਬਹਿ ਜਾਂਦੀਆਂ ਨੇ ਤੇ ਅਸੀਂ ਜਾਣਦੇ ਹਾਂ ਕਿਸ਼ਤੀ ਦਾ ਆਕਾਰ ਜਿਹੜਾ ਹੈ ਸਾਰਾ ਪਾਣੀ ਵਿੱਚ ਡੁੱਬ ਜਾਂਦਾ ਹੈ। ਕੇਵਲ ਚਾਰ ਕੁ ਉਂਗਲਾਂ ਕਿਸ਼ਤੀ ਜਿਹੜੀ ਹੈ ਪਾਣੀ ਤੋਂ ਬਾਹਰ ਚੱਲਦੀ ਹੈ, ਬਾਕੀ ਸਾਰਾ ਹਿੱਸਾ ਉਸ ਕਿਸ਼ਤੀ ਦਾ ਪਾਣੀ ਦੇ ਅੰਦਰ ਡੁੱਬ ਕੇ ਚੱਲਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਇਨਸਾਨ ਉਸ ਕਿਸ਼ਤੀ ਵੱਲ ਤੱਕ ਜਿਹਦਾ ਸਾਰਾ ਜਿਹੜਾ ਆਕਾਰ ਹੈ ਪਾਣੀ ਵਿੱਚ ਡੁੱਬਿਆ, ਉਸ ਕਿਸ਼ਤੀ ਦੇ ਚਾਰ ਕੁ ਉਂਗਲਾਂ ਪਾਣੀ ਤੋਂ ਬਾਹਰ ਚੱਲਦੀ ਹੈ, ਪਰ ਉਹ ਚਾਰ ਉਂਗਲਾਂ ਜਿਹੜੀ ਪਾਣੀ ਤੋਂ ਬਾਹਰ ਹੈ, ਉਹ ਪੂਰੇ ਪੂਰ ਨੂੰ ਜਿੰਨੇ ਵੀ ਸਵਾਰੀਆਂ ਉਸ ਕਿਸ਼ਤੀ ਦੇ ਵਿੱਚ ਉਸ ਬੇੜੇ ਦੇ ਵਿੱਚ ਬੈਠੀਆਂ ਨੇ, ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਲੈ ਜਾਂਦੀ ਹੈ। ਬਹੁਤਾ ਆਕਾਰ ਉਹਦਾ ਪਾਣੀ ਵਿੱਚ ਡੁੱਬਿਆ, ਪਰ ਜਿੰਨਾ ਕੁ ਆਕਾਰ ਉਹਦਾ ਪਾਣੀ ਤੋਂ ਬਾਹਰ ਹੈ, ਕੇਵਲ ਉਹੀ ਉਦੋਂ ਪਾਰ ਉਤਾਰਾ ਕਰ ਦਿੰਦਾ ਹੈ, ਪੂਰੇ ਪੂਰ ਨੂੰ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਲੈ ਜਾਂਦਾ ਹੈ। ਇਸ ਕਰਕੇ ਨਿਰਾਸ਼ ਨਾ ਹੋ ਕਿ ਸਾਡੇ ਜੀਵਨ ਦੇ ਵਿੱਚ ਉਮਤਾਈਆਂ ਬਹੁਤ ਨੇ, ਸਾਡੇ ਜੀਵਨ ਦੇ ਵਿੱਚ ਕਮੀਆਂ ਬਹੁਤ ਨੇ। ਤੇ ਭਾਈ ਗੁਰਦਾਸ ਜੀ ਕਹਿੰਦੇ, ਜੀਵਨ ਵਿੱਚ ਸਤ ਸੰਗਤ ਕਰ, ਤੇਰੀ ਕੀਤੀ ਹੋਈ ਸੰਗਤ ਜਿਹੜੀ ਹੈ, ਥੋੜੇ ਤੋਂ ਥੋੜੇ ਸਮੇਂ ਦੀ ਸੰਗਤ ਜਿਹੜੀ ਹੈ, ਤੇਰੇ ਜੀਵਨ ਦੀ ਜਿਹੜੀ ਤੇਰੇ ਜੀਵਨ ਨੂੰ ਇੱਕ ਸੰਸਾਰ ਸਾਗਰ ਤੋਂ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਪਾਰ ਉਤਾਰਾ ਕਰ ਸਕਦਾ ਹੈ, ਤੈਨੂੰ ਡੁੱਬਣ ਤੋਂ ਬਚਾ ਸਕਦਾ ਹੈ। ਸਤਸੰਗਤ ਇੱਕ ਘੜੀ ਦਾ ਕੀਤਾ। ਦੂਸਰੀ ਉਦਾਹਰਣ ਭਾਈ ਗੁਰਦਾਸ ਜੀ ਲੈਂਦੇ ਨੇ, ਕਹਿੰਦੇ ਨੇ, ਦੇਖੋ ਸਤਸੰਗਤ ਥੋੜ੍ਹਾ ਸਮਾਂ ਸਤਸੰਗਤ ਕੀਤੀ ਜਿਹੜੀ ਸਾਡੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਪਾਰ ਉਤਾਰਾ ਕਰਦੀ ਹੈ। ਸਾਡਾ ਜਿਹੜੀ ਬਾਡੀ ਹੈ ਇਹ ਅੰਨ ਦੇ ਤੇ ਪਾਣੀ ਦੇ ਆਸਰੇ ਤੇ ਚੱਲਦੀ ਹੈ, ਇਹਦੀ ਖੁਰਾਕ ਹੈ। ਅਸੀਂ ਭੋਜਨ ਨਾ ਖਾਈਏ ਤੇ ਸਰੀਰ ਕਮਜ਼ੋਰ ਹੋ ਜਾਏਗਾ, ਅਸੀਂ ਕੰਮ ਨਹੀਂ ਕਰ ਸਕਦੇ, ਸਾਨੂੰ ਭੋਜਨ ਛਕਣਾ ਪਏਗਾ। ਇੱਕ ਵਾਰ ਇਨਸਾਨ ਭੋਜਨ ਛਕਦਾ ਹੈ ਤੇ ਉਹ ਤਕਰੀਬਨ 24 ਘੰਟੇ ਉਹਦੇ ਸਰੀਰ ਨੂੰ ਐਨਰਜੀ ਦੇ ਸਕਦਾ ਹੈ। ਵੈਸੇ ਅਸੀਂ ਤਕਰੀਬਨ ਸਾਰੇ ਦੋ ਵਾਰ, ਸਾਡੇ ਵਿੱਚ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਤਿੰਨ ਵਾਰ ਭੋਜਨ ਛਕਦੇ ਨੇ 24 ਘੰਟਿਆਂ ਦੇ ਵਿੱਚ, ਪਰ ਇੱਕ ਵਾਰ ਦਾ ਭੋਜਨ ਛਕਿਆ ਸਾਨੂੰ 24 ਘੰਟੇ ਵਾਸਤੇ ਐਨਰਜੀ ਦਿੰਦਾ ਹੈ। ਭੋਜਨ ਛਕਦਿਆਂ ਕਿੰਨੀ ਦੇਰ ਲੱਗੀ, ਐਸਾ ਤਾਂ ਨਹੀਂ ਹੈ ਕਿ ਅਸੀਂ 24 ਘੰਟੇ ਕੰਮ ਕਰਨਾ ਅਤੇ 24 ਘੰਟੇ ਕੰਮ ਕਰਨ ਵਾਸਤੇ ਸਾਨੂੰ ਨਾਲ ਦੀ ਨਾਲ ਭੋਜਨ ਛਕਦੇ ਰਹੇ ਅਤੇ ਨਾਲ ਦੀ ਨਾਲ ਕੰਮ ਕਰਦੇ ਰਹੇ, ਨਹੀਂ ਹੈ ਨਾ ਐਸਾ। ਭੋਜਨ ਛਕਣ ਲੱਗੇ ਹਾਂ ਕੇਵਲ 10-15 ਜਾਂ ਵੱਧ ਤੋਂ ਵੱਧ 20 ਮਿੰਟ ਲੱਗੇ ਸਾਨੂੰ ਭੋਜਨ ਛਕਣ ਲੱਗੇ ਹਾਂ, ਪਰ 15-20 ਮਿੰਟ ਦੇ ਵਿੱਚ ਛਕਿਆ ਹੋਇਆ ਭੋਜਨ
ਸਾਨੂੰ 24 ਘੰਟੇ ਵਾਸਤੇ ਐਨਰਜੀ ਦਿੰਦਾ ਹੈ। ਸਾਡੀ ਬੋਡੀ ਜਿਹੜੀ 24 ਘੰਟੇ ਕੰਮ ਕਰ ਸਕਦੀ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਵਿੱਚ ਥੋੜ੍ਹੇ ਤੋਂ ਥੋੜ੍ਹਾ ਸਮਾਂ ਕੱਢ ਕੇ ਕੀਤੀ ਹੋਈ ਸੰਗਤ ਸਾਡਾ ਭਾਰ ਉਤਾਰਾ ਕਰ ਦਿੰਦੀ ਹੈ। ਇਹ ਭਾਈ ਗੁਰਦਾਸ ਜੀ ਨੇ ਦੂਸਰੀ ਉਦਾਹਰਣ ਲਈ ਸੀ ਤੇ ਤੀਸਰੀ ਉਦਾਹਰਣ ਲੈਂਦੇ ਨੇ ਭਾਈ ਗੁਰਦਾਸ ਜੀ। ਕਹਿੰਦੇ ਇੱਕ ਭਿਖਾਰੀ ਹੈ, ਉਹ ਕਿਸੇ ਰਾਜੇ ਦੇ ਦਰਬਾਰ ਤੇ ਜਾਂਦਾ ਹੈ, ਮੰਗਦਾ ਭੀਖ ਹੈ, ਸਵੇਰ ਤੋਂ ਬਗਲੀ ਪਾ ਕੇ ਘਰ ਘਰ ਮੰਗਦਾ ਫਿਰਦਾ ਕਿਉਂਕਿ ਉਹਦੀ ਕਿਰਤ ਹੈ, ਉਹਨੂੰ ਰੋਟੀ ਉੱਥੋਂ ਮਿਲਣੀ ਹੈ। ਪਰ ਇਸ ਭਿਖਾਰੀ ਨੇ ਆਪਣੇ ਦਿਲ ਵਿੱਚ ਇੱਕ ਦਿਨ ਖਿਆਲ ਆਇਆ ਕਿ ਮੈਂ ਕਿੰਨੇ ਕੁ ਦਿਨ ਗਲ ਵਿੱਚ ਬਗੜੀ ਪਾ ਕੇ ਦਰਵਾਜੇ ਦਰਵਾਜੇ ਤੇ ਜਾ ਕੇ ਮੰਗਦਾ ਰਹਾਂਗਾ। ਕਹਿੰਦੇ ਇਹ ਇੱਕ ਦਿਨ ਬਾਦਸ਼ਾਹ ਦੇ ਦਰਬਾਰ ਵਿੱਚ ਗਿਆ ਤੇ ਜਾ ਕੇ ਬਾਦਸ਼ਾਹ ਨੂੰ ਨਮਸਕਾਰ ਕੀਤੀ। ਨਮਸਕਾਰ ਕਰਕੇ ਤੇ ਇਹਨੇ ਆਪਣੇ ਅੰਦਰ ਦੀ ਜਿਹੜੀ ਸੀ ਬੇਬਲਤਾ, ਆਪਣੇ ਅੰਦਰ ਦਾ ਜਿਹੜਾ ਸਵਾਲ ਸੀ ਉਹ ਰਾਜੇ ਦੇ ਅੱਗੇ ਰੱਖਿਆ। ਕਹਿਣ ਲੱਗਾ, ਰਾਜਨ, ਮੈਂ ਤੇਰੇ ਦੇਸ਼ ਦਾ ਇੱਕ ਭਿਖਾਰੀ ਹਾਂ, ਸਵੇਰ ਤੋਂ ਗਲ ਵਿੱਚ ਬਗੜੀ ਪਾ ਕੇ ਘਰ ਘਰ ਮੰਗਦਾ ਫਿਰਦਾ, ਸਾਰਾ ਦਿਨ ਘਰ ਤੋਂ ਥੋੜ੍ਹਾ ਥੋੜ੍ਹਾ ਘਰਾਂ ਤੋਂ ਆਟਾ ਮੰਗਦਾ, ਤਾਂ ਸ਼ਾਮ ਨੂੰ ਮੇਰੇ ਪਰਿਵਾਰ ਦੇ ਵਿੱਚ ਜਾ ਕੇ ਟੁੱਕੜ ਪੱਕਦਾ ਹੈ, ਤਾਂ ਸ਼ਾਮ ਦਾ ਭੋਜਨ ਤਿਆਰ ਹੁੰਦਾ, ਮੇਰੇ ਬੱਚਿਆਂ ਦੇ ਪੇਟ ਦੀ ਪੂਰਤੀ ਤਾਂ ਜਾ ਕੇ ਹੁੰਦੀ ਹੈ। ਤੇ ਹੁਣ ਮੈਂ ਤੁਹਾਡੇ ਦਰ ਤੇ ਅਰਦਾਸ ਕਰਨ ਵਾਸਤੇ, ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਰਾਜਨ, ਹੁਣ ਮੇਰੇ ਤੋਂ ਘਰ ਘਰ ਜਾ ਕੇ ਮੰਗਿਆ ਨਹੀਂ ਜਾਂਦਾ, ਮੈਂ ਤੁਹਾਡੇ ਦਰ ਦਾ ਭਿਖਾਰੀ ਆ। ਹੁਣ ਬੇਨਤੀ ਇਹੀ ਹੈ ਕਿ ਤੁਹਾਡਾ ਬੜਾ ਵੱਡਾ ਰਾਜ ਹੈ, ਇਸ ਰਾਜ ਦੇ ਵਿੱਚ ਕਿਤੇ ਛੋਟਾ ਜਿਹਾ ਮੈਨੂੰ ਕਾਰੋਬਾਰ ਦੇ ਦਿਓ, ਮੈਂ ਉੱਥੇ ਕਿਰਤ ਕਰਾਂਗਾ ਤੇ ਮੇਰਾ ਮੰਗਣਾ ਛੁੱਟ ਜਾਏਗਾ, ਮੇਰੇ ਪਰਿਵਾਰ ਦਾ ਰੁਜ਼ਗਾਰ ਚੱਲ ਪਏਗਾ। ਕਹਿੰਦੇ ਇਸ ਬਾਦਸ਼ਾਹ ਦੇ ਦਿਲ ਦੇ ਵਿੱਚ ਦਇਆ ਆਈ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਬਾਦਸ਼ਾਹ ਨੇ ਉਸਨੂੰ ਜਗੀਰ ਦੇ ਦਿੱਤੀ। ਕਹਿੰਦੇ ਉਸ ਭਿਖਾਰੀ ਵੱਲ ਦੇਖ, ਉਸਨੇ ਮੰਗਿਆ ਕੀ ਸੀ, ਮੰਗਣ ਲੱਗੇ ਆ 2 ਮਿੰਟ ਤਰਲਾ ਕੀਤਾ, ਪਰ 2 ਮਿੰਟ ਦੇ ਤਰਲੇ ਨੇ ਇਹਨੂੰ ਜੀਵਨ ਦੀ ਰੋਟੀ ਦੇ ਦਿੱਤੀ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਇਨਸਾਨ, ਤੂੰ ਜੀਵਨ ਦੇ ਵਿੱਚ ਘੱਟ ਤੋਂ ਘੱਟ ਸਮਾਂ ਵੀ ਸਤਸੰਗਤ ਕਰ ਲੈ ਤੇ ਤੇਰਾ ਪਾਰ ਉਤਾਰਾ ਹੋ ਸਕਦਾ ਹੈ। ਭਾਈ ਗੁਰਦਾਸ ਜੀ ਦਾ ਕਵਿਤਾ, ਜੈਸੇ ਬੋਝ ਭਰੀ ਨਾਵ ਆਂਗਰੀ ਦੁਵੇ, ਬਾਹਰ ਹੋਏ ਪਾਰ ਪਰੈ ਪੂਰ ਸਭੈ ਕੁਸਲ ਬਿਹਾਤ ਹੈ, ਜੈਸੇ ਏਕਾਹਾਰੀ ਏਕ ਘਰੀ ਪਾਕਸ਼ਾਲਾ ਬੈਠ, ਭੋਜਨ ਕੈ ਬਿੰਜਨ ਸਵਾਦ ਕੈ ਆਘਾਤ ਹੈ, ਜੈਸੇ ਰਾਜ ਦੁਆਰ ਜਾਏ ਕਰਤ ਜੁਹਾਰ ਜਨ, ਏਕ ਘਰੀ ਪਾਸ਼ ਦੇਸ਼ ਭੁਗਤਾ ਹੋਏ ਖਾਤ ਹੈ, ਆਠ ਹੀ ਪਹਿਰ ਅਰ 60 ਘਰੀ ਮੈਂ, ਜੋ ਸਾਜ ਸਮਾਗਮ ਕਰੇ ਨਿਜ ਘਰ ਜਾਤ ਹੈ। ਕਹਿੰਦੇ ਬਹੁਤੇ ਸਮੇਂ ਦੇ ਵਿੱਚੋਂ ਕੱਢ ਕੇ ਇੱਕ ਘੜੀ ਵੀ ਕੋਈ ਸਤਸੰਗਤ ਕਰ ਲੈ, ਉਹਦਾ ਪਾਰ ਉਤਾਰਾ ਹੋ ਸਕਦਾ ਹੈ। ਸੋ ਗੁਰਮੁਖੋ, ਸਾਡੇ ਜੀਵਨ ਦੇ ਵਿੱਚ ਮਹਾਂਪੁਰਸ਼ਾਂ ਦੀ ਸੰਗਤ ਦਾ ਬਹੁਤ ਸਾਰਾ ਮਹੱਤਵ ਹੈ। ਸਤਸੰਗਤ ਦਾ, ਮਹਾਂਪੁਰਸ਼ਾਂ ਦੀ ਸੰਗਤ ਕਰੀਏ। ਮਹਾਂਪੁਰਸ਼ਾਂ ਨੇ ਸਾਡੇ ਇਲਾਕੇ ਦੇ ਵਿੱਚ ਥਾਂ ਪਰ ਥਾਂ ਸੇਵਾ ਚਲਾਈਆਂ ਨੇ, ਇਹਨਾਂ ਮਹਾਂਪੁਰਸ਼ਾਂ ਦਾ ਸਹਿਯੋਗ ਕਰੀਏ। ਇਹ ਸਾਡਾ ਇਲਾਕਾ ਇਹਨਾਂ ਨੇ ਚਮਨ ਬਣਾ ਦਿੱਤਾ ਹੈ। ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਜੀ, ਬਾਬਾ ਫੂਜਾ ਸਿੰਘ ਜੀ, ਬਾਬਾ ਲੱਖਾ ਸਿੰਘ ਜੀ, ਉਹਨਾਂ ਦੀ ਇਹ ਦਾਤ ਹੈ ਕਿ ਸਾਰੇ ਇਲਾਕੇ ਨੂੰ ਅੱਜ ਚਮਨ ਬਣਾ ਦਿੱਤਾ ਹੈ। ਅੱਜ ਮੌਜੂਦਾ ਮੁਖੀ ਸੰਤ ਬਾਬਾ ਬਚਨ ਸਿੰਘ ਜੀ, ਉਹ ਇਸ ਇਲਾਕੇ ਵਿੱਚ ਵਿਚਰ ਕੇ, ਪੂਰੇ ਹਿੰਦੁਸਤਾਨ ਦੇ ਵਿੱਚ ਵਿਚਰ ਕੇ ਥਾਂ ਥਾਂ 'ਤੇ ਸੇਵਾ ਨਿਭਾ ਰਹੇ ਨੇ। ਉਹਨਾਂ ਦਾ ਸਹਿਯੋਗ ਕਰੀਏ, ਤਨ ਮਨ ਧਨ ਨਾਲ ਸੇਵਾ ਕਰਕੇ ਜੀਵਨ ਨੂੰ ਸਫਲ ਬਣਾਈਏ। ਸਮੇਂ ਦੀ ਸਮਾਪਤੀ ਹੈ। ਬੇਅੰਤ ਸੰਗਤਾਂ ਵੱਲੋਂ ਗੁਰਬਾਣੀ ਦੇ ਸਤਿਕਾਰ ਵਿੱਚ ਮਾਇਆ ਆਈ ਹੈ। ਪਾਤਸ਼ਾਹ ਨਾਮ ਆਪ ਜਾਣਦੇ ਨੇ, ਏਕ ਤੋਂ ਅਨੇਕ ਚੜ੍ਹਦੀ ਕਲਾ ਬਖਸ਼ਣ। ਹੁਣ ਦਾਸ ਤੋਂ ਉਪਰੰਤ ਸਾਡੇ ਅਤੀ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਦੀ MA, ਜੋ ਕਿ ਉਚੇਚੇ ਤੌਰ ਤੋਂ ਨਾਨਕ ਮਤਾ ਸਾਹਿਬ ਤੋਂ ਸਾਡੇ ਕੋਲ ਪਹੁੰਚੇ ਨੇ, ਜਿਹੜੇ ਕਥਾ ਦੀ ਸੇਵਾ ਵੀ ਨਿਭਾਉਣਗੇ ਤੇ ਨਾਲ ਨਾਲ ਉਹਨਾਂ ਦੀ ਬਹੁਤ ਵੱਡੀ ਸੇਵਾ, ਸਟੇਜ ਦੀ ਵੀ ਸੇਵਾ ਨਾਲ ਨਿਭਾ ਰਹੇ ਨੇ। ਉਹਨਾਂ ਪਾਸੋਂ ਗੁਰਬਾਣੀ ਵਿਚਾਰਾਂ ਸਰਵਣ ਕਰਕੇ ਜੀਵਨ ਸਫਲ ਬਣਾਓ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।